क्रिकेट थोड़ी ऐसी चीज है कि जिदे विच इह हुंदा कि जिथे पता लगे क्रिकेट खेडी जांदी है ते फिर रुकिया नहीं जांदा हैगा। ਕਿੰਨੇ ਸਾਲੋਂ ਤੋਂ ਹੈ ਨਾ ਸੈਲੀਬ੍ਰਿਟੀ ਕ੍ਰਿਕਟ ਲੀਗ ਨਾਲ ਜੁੜੇ ਹੋਏ ਆ, ਇਸ ਟਾਈਪ ਦੇ ਸਾਰੇ ਇਵੈਂਟਸ ਦੇ ਵਿੱਚ ਹਿੱਸਾ ਲੈਂਦੇ ਹੋ, ਲਾਈਕ ਜਸਟ ਟੈਲ ਮੀ ਕਿ ਕਿਵੇਂ ਦਾ ਲੱਗਦਾ ਜਿਹੜੇ ਲਾਈਕ ਟੋਟਲੀ ਨਾਨ ਕ੍ਰਿਕਟਰਸ ਨੇ ਕ੍ਰਿਕਟਰ ਇੱਕ ਕ੍ਰਿਕਟ ਖੇਡਦੇ ਨੇ। ਮੈਂ ਸੱਚੀ ਦੱਸਾਂ ਕਿ ਅਸੀਂ ਜਦੋਂ ਪਹਿਲਾਂ ਸਿੰਗਰ ਬਣਨ ਤੋਂ ਪਹਿਲਾਂ ਤਾਂ ਇਹ ਸੁਪਨਾ ਸੀਗਾ ਕਿ ਕ੍ਰਿਕਟ ਖੇਡਣੀ ਹੈ, ਕਿਉਂਕਿ ਘਰੇ ਅਤੇ ਪਿੰਡ ਕ੍ਰਿਕਟ ਹੀ ਖੇਡਦੇ ਸੀਗੇ, ਸੋ ਪਹਿਲੀ ਸਪੋਰਟ ਜਿਹੜੀ ਖੇਡੀ ਉਹ ਕ੍ਰਿਕਟ ਹੀ ਖੇਡੀ ਹੈ। ਵੈਸੇ ਮੈਂ ਵਾਲੀਬਾਲ ਵੀ ਖੇਲਿਆ, ਵਾਲੀਬਾਲ ਮੈਂ ਨੈਸ਼ਨਲ ਪਲੇਅਰ ਹਾਂ ਵਾਲੀਬਾਲ ਦਾ, ਬਟ ਕ੍ਰਿਕਟ ਦੀ ਐਸੀ ਚੀਜ਼ ਕੀ ਕਿ ਸ਼ੁਰੂ ਤੋਂ ਖੇਲਦੇ ਆਏ ਹਾਂ, ਸੋ ਇਹ ਸਾਰੇ ਟੀ ਵੀ 'ਤੇ ਮੈਚਸ ਦੇਖਦੇ ਆਉਂਦੇ ਸੀਗੇ, ਸੋ ਅੱਜ ਉਹ ਗਰਾਊਂਡ 'ਚ ਖੇਲਣ ਦਾ ਮੌਕਾ ਮਿਲਦਾ, ਸੋ ਬੜੀ ਖੁਸ਼ੀ ਹੁੰਦੀ ਹੈ ਅਤੇ ਐਕਸਾਈਟਮੈਂਟ ਬਹੁਤ ਜ਼ਿਆਦਾ ਹੁੰਦੀ ਹੈ। ਸਭ ਤੋਂ ਜ਼ਿਆਦਾ ਨਾ ਐਕਸਾਈਟ ਕੌਣ ਕਰਦਾ, ਤੁਹਾਨੂੰ ਸਭ ਤੋਂ ਜ਼ਿਆਦਾ ਨਾ ਹੈਰਾਨ ਕਿਹਨੇ ਕੀਤਾ ਕ੍ਰਿਕਟ ਦੇ ਗਰਾਊਂਡ ਦੇ ਉੱਤੇ, ਕਿਹੜੇ ਐਕਟਰ ਨੇ ਕੀਤਾ? ਬਹੁਤ ਸਾਰੇ ਸੀਗੇ, ਜਿਵੇਂ ਕਿ ਬੌਬੀ ਦਿਓਲ ਭਾਅ ਜੀ, ਉਹ ਵੀ ਬਹੁਤ ਸੋਹਣੀ ਕ੍ਰਿਕਟ ਖੇਲਦੇ ਆ, ਅਤੇ ਸਾਡੀ ਟੀਮ ਦੇ ਵਿੱਚ ਨਿੰਜਾ ਵੀ ਬਹੁਤ ਸੋਹਣਾ ਖੇਡ ਲੈਂਦਾ, ਬੱਬਲ ਤਾਂ ਅਸੀਂ ਸ਼ੁਰੂ ਤੋਂ ਇਕੱਠੇ ਖੇਡਦੇ ਆਏ ਹਾਂ, ਹਾਡੀ ਅੱਛਾ ਖੇਡ, ਹਾਡੀ ਹਾਡੀ ਦਾ ਸਾਨੂੰ ਪਤਾ ਸੀਗਾ, ਹਾਂ ਹਾਡੀ ਦਾ ਸਾਨੂੰ ਪਤਾ ਸੀਗਾ।